ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਕਹਿੰਦਾ ਬਹੁਤ ਹੈ, ਇੰਨਾ ਸਮਾਂ ਮਿਲ ਜਾਂਦਾ ਬੱਲੇ ਬੱਲੇ ਹੋ ਜਾਵੇ। ਕਵਾਲੀ ਇੱਕੋ ਹੀ ਗਾਉਣੀ ਹੈ, ਜੇ ਅੱਜ ਸੁਣ ਗਏ, ਜੇ ਅੱਜ ਸੁਣ ਗਏ ਉਹਨੂੰ ਉਸ 'ਤੇ ਅਮਲ ਕਰ ਲਿਆ, ਅਤੇ ਅੱਜ ਫਕੀਰੀ ਸਮਝ ਆ ਜਾਣੀ, ਬਾਬੇ ਫਕੀਰ ਹੁੰਦਾ ਕੀ ਹੈ, ਪੀਰ ਹੁੰਦਾ ਕੀ ਹੈ। ਕਵਾਲੀ ਕੋਈ ਗਾਉਣੀ ਆਓ, ਜਿਹਨਾਂ ਜਿਹਨਾਂ ਨੇ ਲੰਗਰ ਛਕਿਆ ਇੱਕ ਵਾਰੀ ਹੱਥ ਖੜੇ ਕਰਕੇ ਤਾੜੀ ਲਾਓ, ਜਿਹਨਾਂ ਨੇ ਲੰਗਰ ਛਕਿਆ। ਅਤੇ ਲੰਗਰ ਆਇਆ ਕਿੱਥੋਂ, ਪਤਾ ਕਿੱਥੋਂ ਆਇਆ ਇਹ ਲੰਗਰ ਆਇਆ ਕਿੱਥੋਂ ਆਇਆ, ਦੋ ਲੈਣੇ ਕਹੂੰਗਾ ਉਸ ਤੋਂ ਬਾਅਦ ਕਵਾਲੀ, ਕਿਉਂਕਿ ਸਮਾਂ ਬਹੁਤ ਜ਼ਿਆਦਾ। ਗੁਰੂਆਂ ਪੀਰਾਂ ਫਕੀਰਾਂ ਚੱਪੀਆਂ ਤੱਪੀਆਂ ਸੰਤਾਂ ਮੰਤਾਂ ਆਦਿ ਸੱਚ ਜੁਗਾਦ ਸੱਚ ਜਿੰਨੇ ਵੀ ਬ੍ਰਹਿਮੰਡ ਦੇ ਦੇਵੀ ਦੇਵਤਿਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਮੇਲੇ ਦੀਆਂ ਸੋਰਸ ਦੀਆਂ। ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ, ਉਸ ਕਦਮਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ ਬਾਬਿਓ, ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੈ। ਇੱਕ ਵਾਰੀ ਆਪਣੇ ਨਾਲ ਦੀ ਤਾੜੀ ਲਾ ਦੇ ਜ਼ੋਰਦਾਰ। ਕਹਿੰਦੇ ਇੱਕ ਮੁਸਲਮਾਨ ਭਰਾ ਪੂਰੀ ਦੁਨੀਆਂ ਦੀ ਸੈਰ ਕਰਦਾ, ਇੱਕ ਮੁਸਲਮਾਨ ਭਰਾ ਪੂਰੀ ਦੁਨੀਆਂ ਦੀ ਸੈਰ ਕਰਦਾ, ਤੇ ਆ ਕੇ ਆਪਣੀ ਮਾਂ ਨੂੰ ਕਹਿਣ ਲੱਗਾ, ਅੰਮੀ ਜਾਨ ਇੱਕ ਸਵਾਲ ਮੇਰੇ ਦਿਮਾਗ 'ਚ ਆਇਆ, ਉਹਦਾ ਜਵਾਬ ਨਹੀਂ ਮਿਲਿਆ। ਅੰਮੀ ਪੁੱਛਦੀ, ਕਹਿੰਦੇ ਸਵਾਲ ਕੀ ਹੈ? ਉਹ ਕਹਿੰਦੇ ਜਿਹੜੇ ਲੋਕ ਨੇ, ਪੰਜਾਬੀ ਲੋਕ ਨੇ, ਇੰਨਾ ਪੈਸਾ ਕਿੱਥੋਂ ਲੈ ਕੇ ਆਉਂਦੇ ਕਿ ਲੰਗਰ ਚੱਲੀ ਜਾਂਦੇ ਤਾਂ ਲੋਕ ਛਕੀ ਜਾਂਦੇ ਆ, ਚੱਲੀ ਜਾਂਦੇ ਛਕੀ ਜਾਂਦੇ ਆ। ਉਹ ਮਾਂ ਕਹਿੰਦੀ, ਇਹਨਾਂ ਦਾ ਇੱਕ ਬਜ਼ੁਰਗ ਸੀ ਬਾਬਾ ਨਾਨਕ। ਇੱਕ ਵਾਰੀ ਬਾਬੇ ਨਾਨਕ ਦੇ ਤਾੜੀ ਲਾ ਦਿਓ ਉਹਦੇ ਨਾਲ, ਉਹਦੇ ਵਰਗਾ ਪੀਰ ਫਕੀਰ ਦੁਨੀਆਂ 'ਤੇ ਪੈਦਾ ਨਹੀਂ ਹੋਇਆ ਬਾਬੇ। ਕਹਿੰਦਾ ਇਹਨਾਂ ਦਾ ਇੱਕ ਫਕੀਰ ਸੀ ਬਾਬਾ ਨਾਨਕ, ਜਿਹੜਾ 20 ਰੁਪਏ ਦੀ ਐਫ ਡੀ ਕਰਾ ਕੇ ਗਿਆ, ਜਿੱਦਾਂ ਕਿ ਸਿੱਖਾਂ ਨੂੰ ਵਿਆਜ ਨਹੀਂ ਮੁੱਕਿਆ, ਮੂਲ ਬੈਂਕਾਂ 'ਚ ਐਵੇਂ ਜਮ੍ਹਾਂ ਪਿਆ, ਇਹ ਨਹੀਂ ਮੁੱਕਣ ਵਾਲਾ, ਇਹ ਲੰਗਰ ਉੱਥੋਂ ਚੱਲਿਆ। ਆਓ, ਜਦੋਂ ਮਹਿਤਾ ਕਾਲੂ ਜੀ ਨੇ ਘਰੋਂ ਭੇਜਿਆ ਹੋਊਗਾ ਬਾਬੇ ਨਾਨਕ ਨੂੰ, ਕੀ ਕਿਹਾ ਹੋਊਗਾ ਸੁਣ ਕੇ ਜ਼ਰਾ। ਆ ਲੈ 20 ਰੁਪਈਏ ਤੇ ਜਾ ਨਾਨਕ, ਜਾ ਨਾਨਕ ਕਿਸੇ ਕਿਸਮ ਦਾ ਵਣਜ ਵਪਾਰ ਕਰਕੇ ਆਵੀ, ਆਪਣੇ ਪੂਰੀ ਦੁਨੀਆ ਨੀ ਨਫਾ ਹਾਰਿਓ, ਤੇ ਜੋ ਬਚਿਆ ਸੋ ਖਾਵੀ। ਇੱਕ ਵਾਰੀ ਪੁਲਿਸ ਡਿਪਾਰਟਮੈਂਟ ਲਈ ਤਾੜੀਆਂ ਲਾ ਦਿਓ, ਖਾਖੀ ਵਰਦੀ ਜਿਹੜੀ ਤੁਹਾਡੀ ਸੁਰੱਖਿਆ ਲਈ ਖੜੀ, ਇੱਕ ਵਾਰੀ ਤਾੜੀ ਲਾ ਦਿਓ, ਬੜੀ ਮਿਹਰਬਾਨੀ, ਸਲਿਊਟ ਇਹਨਾਂ ਨੂੰ। ਆ ਲੈ 20 ਰੁਪਈਏ ਤੇ ਜਾ ਨਾਨਕ, ਕਿਸੇ ਕਿਸਮ ਦਾ ਵਣਜ ਵਪਾਰ ਕਰਕੇ ਆਵੀ, ਵਾਹ ਦੁਨੀਆ ਧਾਰਨ ਵਾਲਿਆ, ਸੋਚਾਂ ਨੂੰ ਸਵਾਰਨ ਵਾਲਿਆ, ਪਰ ਅਜੇ ਸਮਝ ਨਾ ਆਇਆ ਕੁਝ ਤੇਰੀ ਗੱਲਾਂ ਕਹੀਆਂ ਦੀ, ਆ ਮੁੱਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ 20 ਰੁਪਈਆਂ ਦੀ, ਮੁੱਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ 20 ਰੁਪਈਆਂ ਦੀ, ਵਾਹ ਦੁਨੀਆ ਦਿਆ ਮਾਲਕਾ ਤੂੰ 20 ਦਾ ਲੰਗਰ ਲਾਇਆ, ਕਿੰਨੀ ਦੁਨੀਆ ਨੂੰ ਦਾਤਾ ਤੂੰ ਸੰਗਤ ਵਿੱਚ ਖਵਾਇਆ ਖਵਾਇਆ, ਜੇ ਭੁੱਲ ਭੁੱਲੇ ਖੇ ਸ਼ੁਕਰ ਹੈ 20 ਰੁਪਈਏ ਨਿਕਲਿਆ ਜੇਬ ਚੋਂ, ਸ਼ੁਕਰ ਸੀ ਉਸ ਵੇਲੇ ਦਾ, ਸ਼ੁਕਰ ਮਨਾਓ ਕਿ 20 ਰੁਪਈਏ ਸੀ ਜੇਬ ਚੋਂ, ਵਾਹ ਦੁਨੀਆ ਦਿਆ ਮਾਲਕਾ ਤੂੰ 20 ਦਾ ਲੰਗਰ ਲਾਇਆ, ਕਿੰਨੀ ਦੁਨੀਆ ਨੂੰ ਦਾਤਾ ਤੂੰ ਪੰਗਤ ਵਿੱਚ ਖਵਾਇਆ, ਜੇ ਭੁੱਲ ਭੁੱਲੇ ਖੇ 100 ਦਾ ਲੰਗਰ ਲਾ ਦਿੰਦਾ, ਇਹ ਸਾਰੀ ਦੁਨੀਆ ਦਾਤਾ ਵੇਲੀ ਬਿਠਾ ਦਿੰਦਾ, ਇਹ ਸਾਰੀ ਦੁਨੀਆ ਦਾਤਾ ਤੂੰ ਵੇਲੀ ਬਿਠਾ ਦਿੰਦਾ, ਤਿਣਕਾ ਤਿਣਕਾ ਹਿਸਾਬ ਵੀ ਦਿੰਦਾ, ਆ ਲੋਭੀ ਖਾਨੇ ਬਈਆਂ ਦੀਆਂ।
ਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ ਵੀਰ ਪਈਆਂ ਦੀ ਆਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ ਵੀਰ ਪਈਆਂ ਦੀ ਮੁੱਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ ਵੀਰ ਪਈਆਂ ਦੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਇੱਕ ਰੰਗ ਇਸ਼ਕ ਦਾ ਚੜ੍ਹਾਉਣ ਲੱਗਾ ਕਿ ਤੁਹਾਨੂੰ ਫਕਰਾਂ ਨਾਲ ਪਿਆਰ ਕਿੱਦਾਂ ਹੁੰਦਾ ਵਾ ਪਿਓ, ਜਿਹਨੂੰ ਸਾਈਂ ਸੁਰਿੰਦਰ ਸ਼ਾਹ ਨਾਲ ਪਿਆਰ ਹੋਇਆ ਇੱਕ ਵਾਰੀ ਤਾੜੀ ਲਾਓ ਜ਼ੋਰਦਾਰ। ਆ ਜਾਓ ਉਹ ਸੱਚੇ ਇਸ਼ਕ ਦੀ ਗੱਲ ਕਰਨ ਲੱਗਾ ਕਿ ਜਦੋਂ ਇਹ ਸਾਈਂ ਆਪਣਾ ਬਣਾਉਂਦਾ ਸੂਈ ਦੇਖੀ ਹੈ ਤਰਪਾਈ ਵਾਲੀ, ਜਿਹਦੇ ਨਾਲ ਤਰਪਾਈ ਕਰਦੇ ਹੋ ਉਹਦੇ ਲੱਕੇ ਚੋਂ ਟਪਾ ਕੇ ਦੇਖਦਾ, ਜਿੱਤ ਗਿਆ ਨੰਗ ਫਿਰ ਹੋ ਜਾਏਗਾ ਨਾ ਮਲੰਗ, ਜੇ ਰਹਿ ਗਿਆ ਫਿਰ ਟਹਿ ਗਿਆ। ਉਹਨੇ ਸਾਚਾ ਦਰਬਾਰ ਕੀ ਇਸ਼ਕ ਦਾ ਰੋਗ ਦਾ ਕਿੰਨੇ ਨਾ ਦਾਰੂ, ਇਸ ਇਸ਼ਕ ਦੇ ਰੋਗ ਆਪਣੇ ਅਕਲਾਂ ਸ਼ਕਲਾਂ ਵਾਲੇ ਕਿਤੇ ਇਸ਼ਕ ਨੇ ਕਮਲੇ ਚੱਲੇ। ਕਸਮ ਖਾ ਕੇ ਦੱਸਿਓ ਜਦੋਂ ਇਹਦੀ ਸੂਰਤ ਸਾਈਂ ਦੀ ਤੱਕਦੇ ਹੋ ਇਹਦੇ ਵਰਗਾ ਸੋਹਣਾ ਤੁਹਾਨੂੰ ਦੁਨੀਆਂ ਤੇ ਨਜ਼ਰ ਕੋਈ ਹੋਰ ਆਉਂਦਾ ਨਹੀਂ ਆਉਂਦਾ, ਤੇ ਚੱਲੇ ਹੋਏ ਫਿਰਦੇ ਉਹਦੇ ਆਸ਼ਕ ਅਕਲਾਂ ਸ਼ਕਲਾਂ ਵਾਲੇ ਕਿਤੇ ਇਸ਼ਕ ਨੇ ਕਮਲੇ ਚੱਲੇ, ਰੁਸਵਾਈਆਂ ਤੇ ਖੁਆਰੀਆਂ ਬਾਜੂ ਯਾਰੋ ਕੁਝ ਵੀ ਇਸ਼ਕ ਦੇ ਪੱਲੇ, ਉਹ ਘਰ ਹੋਏ ਬਰਬਾਦ ਨਿਹਾਫਜ ਹੋਏ ਜੋ ਘਰ ਇਸ਼ਕ ਨੇ ਮੱਲੇ। ਲਓ ਜੀ ਆ ਜਾਓ ਆ ਵੇਖੀ ਜਾ ਪਰ ਛੇੜੀ ਨਾ, ਵੇਖੀ ਜਾ ਪਰ ਛੇੜੀ ਨਾ, ਇਸ਼ਕ ਚੀਜ਼ ਹੈ ਮਸਤ ਮਸਤ, ਵੇਖੀ ਜਾ ਪਰ ਛੇੜੀ ਨਾ, ਇਸ਼ਕ ਚੀਜ਼ ਹੈ ਮਸਤ ਮਸਤ, ਵੇਖੀ ਜਾ ਪਰ ਛੇੜੀ ਨਾ, ਇਸ਼ਕ ਚੀਜ਼ ਹੈ ਮਸਤ ਮਸਤ, ਵੇਖੀ ਜਾ ਪਰ ਛੇੜੀ ਨਾ, ਇਸ਼ਕ ਚੀਜ਼ ਹੈ, ਵੇਖੀ ਜਾ ਪਰ ਛੇੜੀ ਨਾ, ਇਸ਼ਕ ਚੀਜ਼ ਹੈ ਮਸਤ ਮਸਤ, ਵੇਖੀ ਜਾ ਪਰ ਛੇੜੀ ਨਾ, ਇਸ਼ਕ ਚੀਜ਼ ਹੈ। ਜਿਹੜਾ ਇਸ ਵੱਲ ਤੱਕ ਨਹੀਂ ਲੈਂਦਾ, ਜਿਹੜਾ ਇਸ ਵੱਲ ਤੱਕ ਨਹੀਂ ਲੈਂਦਾ, ਤਬਲੇ ਵਾਲੇ ਵੀਰੇ ਤੈਨੂੰ ਹੱਥ ਜੋੜ ਕੇ ਬੇਟੀ ਤੂੰ ਨਾ ਸੋਈ। ਇਸੇ ਤਰ੍ਹਾਂ ਬਾਬਾ ਫਰੀਦ ਗਿਆ
ਬੰਦਾ ਜਾਂ ਕਿਵੇਂ ਕਰਾਂ, ਪਾਣੀ ਕਿਵੇਂ ਗਰਮ ਕਰਾਂ, ਉਹਨੂੰ ਦੂਰ ਇੱਕ ਦੀਵਾ ਬਣ ਜਾ ਨਜ਼ਰ ਆਇਆ। ਉਹ ਘਰ ਇੱਕ ਬੇਸਵਾਲਾ ਉਸ ਬੀਬੀ ਦੇ ਘਰ ਦੀ ਆਵਾਜ਼ ਮਾਰੀ, ਬੀਬੀ ਅੱਗ ਚਾਹੀਦੀ ਆ। ਉਹ ਬੀਬੀ ਆ ਕੇ ਕਹਿੰਦੀ, ਬਾਬਾ ਓਏ ਮੇਰੇ ਘਰ ਤੇ ਦੁਨੀਆ ਦੇ ਛੰਟੇ ਲੋਕ ਆਉਂਦੇ ਆ, ਤੂੰ ਕਿੱਥੋਂ ਰਸਤਾ ਫੜ ਲਿਆ, ਕਿੱਥੋਂ ਰਸਤਾ ਫੜ ਲਿਆ। ਬੀਬੀ ਕਹਿੰਦੀ ਕੋਈ ਨਾ ਕੋਈ ਗੱਲ ਹੈ। ਬਾਬਾ ਫਰੀਦ ਕਹਿਣ ਲੱਗਾ, ਕਹਿੰਦੀ ਬੀਬੀ ਅੱਗ ਚਾਹੀਦੀ ਹੈ। ਬਾਬਾ ਫਰੀਦ ਕਹਿੰਦਾ ਅੱਗ ਚਾਹੀਦੀ। ਬੀਬੀ ਕਹਿੰਦੀ ਅੱਗ ਤਾਂ ਬਹੁਤ ਅਮਰ ਮਹਿੰਗੀ ਹੈ, ਕਹਿੰਦੇ ਕੀ ਭਾਅ ਮਿਲਦਾ। ਬੀਬੀ ਕਹਿਣ ਲੱਗੀ ਇੱਕ ਗੋਲਾ ਇੱਕ ਅੱਖ ਬਦਲੇ ਮਿਲਦਾ। ਬਾਬਾ ਫਰੀਦ ਕਹਿੰਦਾ ਲੈ ਛੁਰੀ ਫੜਾ। ਛੁਰੀ ਫੜੀ, ਇੱਕ ਅੱਖ ਕੱਢ ਕੇ ਦੇ ਦਿੱਤੀ। ਤੁਰ ਪਿਆ ਬਾਹਰ, ਬਾਰਿਸ਼ ਹੋਣ ਲੱਗੀ, ਗੋਲਾ ਪੁੱਜ ਗਿਆ। ਉਸ ਬੀਬੀ ਨੇ ਘਰ ਦੀ ਆਵਾਜ਼ ਮਾਰੀ, ਬੀਬੀ ਅੱਗ ਚਾਹੀਦੀ ਹੈ। ਬਾਬਾ ਫਰੀਦ ਕਹਿੰਦਾ ਅੱਗ ਚਾਹੀਦੀ ਹੈ। ਉਹ ਬੀਬੀ ਕਹਿੰਦੀ ਬਾਬਾ ਉਸੇ ਭਾਅ ਮਿਲਣੀ ਆ। ਕਹਿੰਦਾ ਕੋਈ ਗੱਲ ਨਹੀਂ, ਲੈ ਛੁਰੀ ਫੜਾ। ਛੁਰੀ ਫੜੀ, ਦੂਜੀ ਅੱਖ ਵੀ ਕੱਢ ਕੇ ਦੇ ਦਿੱਤੀ। ਤੁਰਿਆ ਜਾਂਦਾ ਆਪਣੀ ਯਾਰ ਨੂੰ ਮੁਖਾਬਤ ਕਰਕੇ ਕਹਿ ਰਿਹਾ ਕਿ ਤੇਰੀ ਅੱਗ ਬਦਲੇ ਆ, ਇੱਕ ਤੇਰੀ ਅੱਗ ਬਦਲੇ ਦੋ ਨੈਣ ਕੰਜਰਾ ਘਰ ਵਿੱਚ, ਇੱਕ ਤੇਰੀ ਅੱਗ ਬਦਲੇ ਦੋ ਨੈਣ ਕੰਜਰਾ ਘਰ ਵਿੱਚ। ਆ ਕੇ ਪਾਣੀ ਗਰਮ ਕੀਤਾ, ਹੁੱਕਾ ਤਾਜ਼ਾ ਕੀਤਾ, ਮੁਰਸ਼ਦ ਦੇ ਕਦਮਾਂ ਵਿੱਚ ਰੱਖਣ ਵਾਸਤੇ ਗਿਆ, ਅੱਖਾਂ ਦੇ ਪੱਟੀ ਬਣ ਲਈ। ਬਾਬਾ ਫਰੀਦ ਜਦੋਂ ਪਾਣੀ ਰੱਖਣ ਗਿਆ, ਖਵਾਜਾ ਸਾਹਿਬ ਕਹਿੰਦੇ ਫਰੀਦਾ ਓਏ ਅੱਖਾਂ ਦੇ ਪੱਟੀ ਕਿਉਂ ਬੰਨੀ ਆ। ਕਹਿੰਦੇ ਜਨਾਬ ਅੱਖਾਂ ਆਈਆਂ ਹੋਈਆਂ ਨੇ, ਮੈਂ ਸੋਚਦਾ ਕਿਤੇ ਤੁਹਾਡੀ ਅੱਖਾਂ ਖਰਾਬ ਨਾ ਹੋ ਜਾਣ। ਇਸ਼ਕ ਸੱਚਾ ਸੀ। ਬਾਬਾ ਫਰੀਦ ਨੇ ਜਦੋਂ ਇਹ ਫਰਮਾਨ ਕੀਤਾ, ਖਵਾਜਾ ਸਾਹਿਬ ਕਹਿਣ ਲੱਗੇ ਫਰੀਦਾ ਓਏ ਜੇ ਅੱਖਾਂ ਆਈਆਂ ਹੋਈ ਤਾਂ ਪੱਟੀ ਖੋਲ ਦੇ। ਜਦੋਂ ਪੱਟੀ ਖੋਲੀ, ਅੱਖਾਂ ਅੱਗੇ ਨਾਲ ਵੀ ਮੋਤੀਆਂ। ਯਾਰ ਦੀ ਖਾਤਰ ਇਸ਼ਕ ਵਿੱਚ ਆ ਕੇ ਦੋ ਲੈਣ ਵੀ ਦੇਣੇ ਪਏ। ਇਸ਼ਕ ਕਰਨਾ ਹੈ ਸੱਚਾ ਕਰੋ, ਨਹੀਂ ਤਾਂ ਪਰਦਾ ਕਰਾਂਗੇ, ਸਾਡਾ ਜਨਮ ਯੂਪੀ ਵਿੱਚ ਹੋਣਾ, ਜੋ
ਇੰਡੀਆ ਦੀ ਧਰਤੀ ਤੇ ਬੜਾ ਮਸ਼ਹੂਰ ਹੈ। ਕਹਿੰਦੇ ਯੂਪੀ ਚ ਹੋਣਾ ਤੇ ਫਰਮਾਨ ਕੀਤਾ ਸਨੀ ਨੇ, ਐਸਾ ਇਸ਼ਕ ਤੇਰੇ ਨਾਲ ਹੋ ਗਿਆ ਤੇ ਕੱਲਿਆ ਨੀ ਰਹਿਣਾ, ਐਸਾ ਇਸ਼ਕ ਤੇ ਸਨੀ ਕਹਿ ਰਿਹਾ, ਐਸਾ ਇਸ਼ਕ ਤੇਰੇ ਨਾਲ ਹੋਇਆ ਸ਼ਿੰਦਿਆ ਆਜ ਕੱਲਿਆ ਨੀ ਰਹਿਣਾ, ਤੇਰੇ ਉੱਤੇ ਜੇ ਦੁੱਖ ਹਜ਼ਾਰਾਂ ਹੋਏ ਜਿੰਦੜੀ ਨੇ ਹੱਸ ਹੱਸ ਕੇ ਸਹਿਣਾ, ਜੇ ਛੱਡਣਾ ਇਸ ਜਨਮ ਚ ਕਹਿ ਜਾ, ਜੇ ਹੋਇਆ ਮਿਹਰਬਾਨ ਸ਼ਿੰਦਿਆ ਵੇ ਅਗਲੇ ਜਨਮ ਮੈਨੂੰ ਨਾਲ ਯੂਪੀ ਵਿੱਚ ਲੈ ਜਾ। ਗਰੀਬ ਖਾਨੇ ਖਾ ਲੈਣ,
ਔਰ ਘਰ ਵਾਲਾ ਕਹਿੰਦਾ ਜੋ ਹੁਕਮ ਤੇਰਾ। ਤੁਰਿਆ ਤੁਰਿਆ ਜਾਂਦਾ, ਜਾ ਕੇ ਮੁਹੰਮਦ ਸਾਹਿਬ ਦੇ ਕਦਮਾਂ ਵਿੱਚ ਦੁਆ ਫਰਿਆਦ ਕੀਤੀ, ਸੱਚੇ ਪਾਤਸ਼ਾਹ ਕੱਲ ਨੂੰ ਲੁੱਖੀ ਮਿੱਸੀ ਰੋਟੀ ਮੇਰੇ ਗਰੀਬ ਖਾਨੇ ਖਾ ਲਿਓ। ਮੁਹੰਮਦ ਸ਼ਾਹ ਕਹਿੰਦੇ ਓਏ ਕਹਿੰਦੇ ਸੰਨੀਆਂ ਸੀ ਕੱਲੇ ਆਈ ਆ ਜਾਂ ਪੂਰੀ ਜਮਾਤ? ਕਹਿੰਦੇ ਹਜ਼ੂਰ ਸਾਰੇ ਹੀ ਆ ਜਾਓ। ਕਹਿੰਦੇ ਹਜ਼ੂਰ ਕਿੰਨੇ ਬੰਦੇ ਆਉਣੇ ਆ? ਹਜ਼ੂਰ ਕਿੰਨੇ ਬੰਦੇ ਆਉਣੇ ਆ? ਮੁਹੰਮਦ ਸ਼ਾਹ ਕਹਿਣ ਲੱਗੇ 70 ਬੰਦੇ ਆਉਣੇ ਤੇਰੇ ਘਰ, 70 ਕੱਲ ਨੂੰ। ਕਹਿੰਦਾ 70 ਹੀ ਆ ਜਾਓ। ਜਾ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਇਹ ਗੱਲ ਬੜੇ ਧਿਆਨ ਨਾਲ ਸੁਣਿਓ, ਕਿਉਂਕਿ ਪੀਰ ਦੀ ਰਮਜ਼ ਪਤਾ ਨਹੀਂ ਕਿੱਥੇ ਇਮਤਿਹਾਨ ਲੈ ਲਵੇ ਪਤਾ ਨਹੀਂ ਲੱਗਦਾ। ਆਪਣੀ ਘਰਵਾਲੀ ਨੂੰ ਆ ਕੇ ਕਹਿੰਦਾ, ਕਹਿੰਦਾ 70 ਬੰਦੇ ਆਉਣੇ ਆ। ਉਹ ਕਹਿੰਦੀ ਕੋਈ ਗੱਲ ਨਹੀਂ, ਆਟਾ ਮਸ਼ੀਨ ਤੋਂ ਲੈ ਆਓ। ਜੇ ਸਬਜ਼ੀ ਦੀ ਗੱਲ ਆ, ਸਾਡੇ ਘਰ ਬੱਕਰੀ ਹੈਗੀ, ਕਸਾਈ ਨੂੰ ਬੁਲਾਇਆ, ਬੱਕਰੀ ਨੂੰ ਜਿਵਾ ਕਰ ਰਿਹਾ, ਛੋਟੇ ਛੋਟੇ ਪੀਸ ਕਰ ਰਹੇ ਆ। ਜਦੋਂ ਬੱਕਰੀ ਨੂੰ ਜਿਵਾ ਕਰ ਰਿਹਾ, ਉਹਦੇ ਦੋ ਲੜਕੇ ਸਾਗਤ ਅਤੇ ਜਾਫਰ ਦੋਵੇਂ ਨਿੱਕੇ ਖੜੇ ਆ, ਕੋਲ ਖੜੇ ਆ, ਸਾਗਤ ਅਤੇ ਜਾਫਰ ਕੋਲ ਖੜੇ ਆ। ਛੁਰਾ ਛੁਰੀ ਅੰਦਰ ਰੱਖ ਦਿੱਤੇ, ਬੱਕਰੀ ਨੂੰ ਜਿਵਾ ਕਰ ਲਿਆ, ਟੱਪ ਚ ਪਾ ਦਿੱਤਾ। ਸਾਗਤ ਕਹਿੰਦਾ ਜਾਫਰ ਓਏ ਆਪਾਂ ਵੀ ਉਵੇਂ ਕਰੀਏ ਜਿਵੇਂ ਬੱਕਰੀ ਕਰਦੀ ਸੀ। ਕਹਿੰਦਾ ਚੱਲ। ਛੁਰਾ ਛੁਰੀ ਚੱਕੇ ਦੋਵੇਂ ਕੋਠੇ 'ਤੇ ਚੜ੍ਹ ਗਏ। ਸਾਗਤ ਕਹਿੰਦਾ ਲੰਮਾ ਪਿਆ। ਜਦੋਂ ਲੰਮਾ ਪਿਆ, ਜਾਫਰ ਕਹਿੰਦਾ ਗੱਲ 'ਤੇ ਛੁਰੀ ਰੱਖ। ਜਦੋਂ ਛੁਰੀ ਫਿਰੀ, ਆ ਸਿਰ ਧੜ ਤੋਂ ਅਲੱਗ ਹੋ ਗਿਆ, ਇਹ ਸਿਰ ਧੜ ਤੋਂ ਅਲੱਗ ਹੋ ਗਿਆ, ਉਹ ਮਰ ਗਿਆ। ਜਦੋਂ ਖੂਨ ਦੂਸਰੇ ਦੇ ਪੈਰਾਂ ਵੱਲ ਆਇਆ, ਉਹ ਘਬਰਾ ਗਿਆ, ਉਹ ਵੀ ਪਿੱਛੇ ਕੋਠਾ ਮੁੱਕ ਗਿਆ, ਧੌਣ ਭਰ ਡਿੱਗ ਕੇ ਉਹ ਵੀ ਮਰ ਗਿਆ। ਥੱਲੇ ਰੋਟੀ ਤਿਆਰ ਹੋ ਰਹੀ, ਕਿਸੇ ਨੂੰ ਕੋਈ ਪਤਾ ਨਹੀਂ ਥੱਲੇ ਰੋਟੀ ਤਿਆਰ ਹੋ ਰਹੀ ਆ। ਕੀ ਹੋਇਆ? ਘਰਵਾਲੀ ਕਹਿੰਦੀ ਰੋਟੀ ਤਿਆਰ ਆ, ਜਾਓ ਜਾਓ ਦਾਵਤ ਦੇ ਕੇ ਆਓ ਸ਼ਿੰਦੇ ਸ਼ਾਹ ਸਰਕਾਰ ਨੂੰ ਕਿ ਲੁੱਖੀ ਮਿੱਸੀ ਰੋਟੀ ਖਾ ਲੈਣ। ਉਹ ਜਦੋਂ ਤੁਰ ਲੱਗਾ, ਘਰਵਾਲੀ ਕਹਿੰਦੀ ਜਾਓ ਪਹਿਲਾਂ ਬੱਚਿਆਂ ਨੂੰ ਵੇਖ ਕੇ ਲਿਆਓ, ਬੱਚਿਆਂ ਨੂੰ ਵੇਖ ਕੇ ਲਿਆਓ। ਸਰਕਾਰ ਨੇ ਜਦੋਂ ਵੀ ਆਉਣਾ, ਉਹਨਾਂ ਨੇ ਕਹਿਣਾ ਸਾਰਾ ਪਰਿਵਾਰ ਬੈਠੋ, ਮੈਂ ਤੁਹਾਡੇ ਲਈ ਖਤਮ ਦੁਆ ਪੜਾਂ, ਦੁਆ ਫਰਿਆਦ ਕਰਾਂ। ਚਾਰੇ ਪਾਸੇ ਵੇਖ ਕੇ ਆਇਆ, ਕਿੱਥੋਂ ਨਹੀਂ ਮਿਲੇ। ਆ ਕੇ ਘਰਵਾਲੀ ਨੂੰ ਕਹਿੰਦਾ, ਕਹਿੰਦਾ ਪਤਾ ਨਹੀਂ ਕਿਤੇ ਦੂਰ ਗਏ ਆ ਖੇਡਣ, ਆਪੇ ਕਿੱਧਰੋਂ ਆ ਜਾਣਗੇ, ਜਾਓ ਦਾਵਤ ਦੇ ਕੇ ਆਓ। ਜਾ ਕੇ ਮੁਹੰਮਦ ਸ਼ਾਹ ਦੇ ਕਦਮਾਂ ਵਿੱਚ ਦੁਆ ਫਰਿਆਦ ਕੀਤੀ, ਸੱਚੇ ਪਾਤਸ਼ਾਹ ਆਓ ਲੰਗਰ ਤਿਆਰ, ਰੋਟੀ ਖਾਓ। ਮੁਹੰਮਦ ਸ਼ਾਹ ਆ ਗਏ, 17 ਬੰਦਿਆਂ ਦੀ ਜਮਾਤ ਆ ਗਈ, ਜਿਹੜੇ ਹੋਰ ਨਾਲ ਪੀਰ ਬੈਠੇ ਸੀ ਉਹ ਵੀ ਆ ਗਏ। ਮੁਹੰਮਦ ਸ਼ਾਹ ਕਹਿੰਦੇ ਆਓ ਬੈਠੋ, ਸਾਰਾ ਪਰਿਵਾਰ ਮੈਂ ਤੁਹਾਡੇ ਲਈ ਦੁਆ ਫਰਿਆਦ ਕਰਾਂ। ਦੋਵੇਂ ਮੀਆਂ ਬੀਬੀ ਬੈਠ ਗਏ। ਮੁਹੰਮਦ ਸ਼ਾਹ ਕਹਿੰਦੇ ਘਰ ਵਿੱਚ ਕੋਈ ਹੋਰ ਚੀਜ਼ ਨਹੀਂ? ਕਹਿੰਦੇ ਜਨਾਬ ਸਾਡੇ ਦੋ ਲੜਕੇ ਨੇ ਪਤਾ ਨਹੀਂ ਕਿਤੇ ਖੇਡਣ ਗਏ ਆ, ਤੁਸੀਂ ਰੋਟੀ ਖਾਓ, ਅਸੀਂ ਕਿੱਧਰੋਂ ਆ ਜਾਵਾਂਗੇ।
ਕਰਨ ਕਿਉਂ? ਉਹ ਬੱਚੇ ਕਹਿੰਦੇ ਜਿਵੇਂ ਸਾਨੂੰ ਜਿਉਂਦੇ ਕੀਤਾ ਉਹ ਬੱਕਰੀ ਵੀ ਜਿਉਂਦੀ ਕਰੋ, ਉਹ ਬੱਕਰੀ ਵੀ ਜਿਉਂਦੀ ਕਰੋ। ਤੁਹਾਡੇ ਵਿੱਚ ਤਾਕਤ ਹੈ ਤੁਸੀਂ ਬੱਕਰੀ ਜਿਉਂਦੀ ਕਰ ਲਓ। ਦੋਵਾਂ ਬੱਚਿਆਂ ਨੇ ਯਾਰ ਦੀ ਨਜ਼ਰ ਦੇ ਵਿੱਚ ਨਜ਼ਰ ਮਿਲਾ ਕੇ ਇੱਕ ਹੈਦਰੀ ਨਾਰਾ ਮਾਰਿਆ, ਉਹ ਬੱਕਰੀ ਵੀ ਉੱਠ ਕੇ ਖੜੀ ਹੋ ਗਈ ਤਾਂ ਲਿਖਿਆ ਹੈ ਸੋਚਣਾ ਦੀ ਬਣਨਾ ਤਾਂ ਦੀਆਂ ਗੱਲਾਂ ਨੇ।
ਅਰਦਾਸਾਂ ਕਰਦਾ ਸਾਂ ਜਾ ਕੇ ਮੁਰਾਦ ਸ਼ਾਹ ਸਰਕਾਰ ਦੇ ਦਰਬਾਰ ਕਿ ਮੈਨੂੰ ਤੇਰੀ ਸਟੇਜ 'ਤੇ ਗਾਉਣ ਦਾ ਮੌਕਾ ਕਦੋਂ ਮਿਲਣਾ ਬਾਬਾ, ਇਹ ਵਾਰੀ ਜਾਵਾਂ ਮੈਂ ਤੇਰੇ ਤੋਂ, ਇਹਦੇ ਪਰਿਵਾਰ ਨੂੰ ਹੀ ਸੁੱਖ ਮੰਗਦਾ ਮੈਂ ਦਾਤਾ ਜੀ। ਕਿਉਂ ਜੇ ਇਹਨੇ ਮਲਾਇਆ ਤਾਂ ਅੱਜ ਮੈਂ ਨਕੋਦਰ ਦੀ ਸਟੇਜ 'ਤੇ, ਬਰਕਤਪੁਰ ਦੀ ਸਟੇਜ 'ਤੇ ਗਾ ਰਿਹਾ ਬਾਬੇ, ਉਹ ਇਹ ਇਹਨਾਂ ਦਾ ਕਰਮ ਤਾਂ ਤੁਹਾਡਾ ਕਰਮ ਹੈ। ਮੇਰਾ
ਭਰ ਭਰ ਪਿਲਾਈ ਜਾਵੇ, ਜਿਵੇਂ ਇਹਨੂੰ ਵੀ ਕਿਸੇ ਨੇ ਪਿਲਾਈ ਹੋਵੇ। ਨਾ ਸੰਤਰੇ ਦੀ, ਨਾ ਮਾਲਟੇ ਦੀ, ਤੇ ਨਾ ਅੰਗੂਰਾਂ ਦੇ ਰਸ ਚੋਂ ਖਿਚਾਈ ਹੋਈ ਏ, ਨਾ ਵਿਸਕੀ, ਨਾ ਬ੍ਰਾਂਡੀ, ਤੇ ਨਾ ਹੀ ਦੇਸੀ ਤੇ ਨਾ ਹੀ ਲੰਡਨ ਚੋਂ ਮੰਗਾਈ ਹੋਈ ਏ। ਆਈ ਕਿੱਥੋਂ? ਸੱਚੇ ਦਰਬਾਰ ਕੀ ਜਕਾਰਾ ਮੇਰੇ ਸ਼ਿੰਦੇ ਸ਼ਾਹ ਸਰਕਾਰ ਨੇ ਬੋਲੀ ਸੱਚੇ ਦਰਬਾਰ ਕੀ। ਹਜ਼ੂਰ ਕੋਈ ਗਲਤੀ ਗੁਸਤਾਖੀ ਹੋ ਗਈ ਹੋਵੇ ਆਪਣੇ ਚਰਨਾਂ ਦੀ ਧੂੜ ਸਮਝ ਕੇ ਮਾਫ਼ ਕਰਿਓ। ਫਿਰ ਇੱਕ ਵਾਰੀ ਮੇਲੇ ਦੀਆਂ ਇਸ ਉਰਸ ਦੀਆਂ ਲੱਖ ਲੱਖ ਮੁਬਾਰਕਾਂ। ਜਿਉਂਦੇ ਰਹੇ ਤੇ ਵਾਰ ਵਾਰ ਮਿਲਾਂਗੇ, ਨਹੀਂ ਤਾਂ ਤੁਹਾਨੂੰ ਹਰੀ ਦਰਬਾਰ ਮਿਲਾਂਗੇ। ਬੋਲ ਸੱਚੇ ਦਰਬਾਰ ਕੀ ਜੈ।